क्योंकि बहुत चंगी चंगी बारियां जड़ियाँ होनिया ने उन्होंने पोस्टर के उपर पढ़िया गया यह लिखा हुआ भी जो सब तो पहला बैठूगा उन्होंने शराब की बोतल देवे। माड़ी गल है जी, दारू वाली तो वधिया वधिया नहीं हैगी, फिर आप अपनी सोच होंगी अगले कोई बदम दे दो किसी कूतना पाऊ शीश दू। बहुत वधिया बाजिया ने बाई हमने छड़ते हैं, पहले इन्होंने कबड्डी के अपना नाम बनाया तो हूँ पुत्र बाई के जी बल्ले बल्ले कराई हुई है। तो बई पहले आप गलबात करिए हूँ जब तुम पहला कबड्डी खेडते थे, कबड्डी का सफर है जोड़ा किमें शुरू होया? पहले जड़े अपने जितया नाम नूम तो होंगे नहीं सी, अपन परचे निकलिया भी नहीं कितने कश्मीर ढिली हुई है, जे परचे बन गए अपन घट ही निकलूगी। ये ए जी जो किसी का वधिया जेल आ उदे उड़ते जी, जो नहीं जेल आते नहीं उड़ते जी, चंडिया वो उड़ू जी, माड़े बंदे नहीं उड़ते जी। हूँ कल जी 12-12 बजे बजे ने बड़ी सत श्रीकाल स्वागत है सारे ही दर्शकों का, तुम देख रहे हो साडा चैनल मालवा बेल्ट ते मैं हाँ मनदीप सिंह। अज पिंड बड़ूंती की बाजी ते मिले बाई भीरा कलसिया, बड़ी मुश्किल दे नाल टाइम मिले क्योंकि सारे बाजिया दे विच बिजी ने, इस करके आप इंटरव्यू ने जिहड़ियां थोड़ियां घट कर क्योंकि सारे का ध्यान है जिहड़ा इस टाइम हुण बाजिया दे विच है ते सारे मेहनत कर रहे ने वीर। सब तो पहला तो बई स्वागत है तुहाडा साडे मालवा बेल्ट चैनल दे विच। सत श्री अकाल बई, मालवा बेल्ट ਵੀਰੇ ਪਹਿਲਾਂ ਤਾਂ ਜਿਹੜੇ ਆਪਣੇ ਗਰੁੱਪ ਦੇ ਮਿੱਤਰ ਬੈਠੇ ਨੇ ਇੱਥੇ ਇਹਨਾਂ ਬਾਰੇ ਜ਼ਰੂਰ ਦੱਸੋ ਜਿਵੇਂ ਵੀ ਆਹ ਹੈਰੀ ਆ ਜੀ ਮੁੰਡਾ ਆਪਣਾ ਲੋਟ ਵਿੰਚ ਜਸ਼ਨ ਆ ਆਪਣਾ ਚੇਲਾ ਹੈ ਇਹਨੇ ਕੂ ਤੜਾਇਆ ਆਹ ਇੰਦਰਪੀ ਆਹ ਡੈਡੀ ਆ ਮੁੰਡੇ ਦਾ ਉਹ ਇੰਦਰਪੀ ਤਾਂ ਉਹ ਵੀਰਾ ਆ ਉਹ ਕਾਕਾ ਗਾ ਉਹ ਹੈਪੀ ਆ ਉਹ ਸੁਮਨ ਸ਼ਵਾਜਪੁਰ ਆ ਉਹ ਜੱਛਾ ਉਹ ਤੁੰਗਾ ਅੜੀ ਗੋਲੂ ਆ ਅਤੇ ਆਪਣੇ ਗਰੁੱਪ ਦੇ ਬੰਦੀ ਹੈ ਸਾਰੇ ਇਹ ਸਾਰੇ ਗਰੁੱਪ ਦੇ ਬੰਦੇ ਹਾਂਜੀ ਹਾਂਜੀ ਅਤੇ ਸਾਰਿਆਂ ਦੀ ਆਪਾਂ ਸਵਾਗਤ ਕਰਦੇ ਹਾਂ ਹਾਂਜੀ ਤੇ ਜਿਹੜੇ ਕਈ ਵਾਰੀ ਵੀਰਾਂ ਤੋਂ ਨਹੀਂ ਪਹੁੰਚਿਆ ਜਾਂਦਾ ਹੁਣ ਜਿਵੇਂ ਬਾਜੀ ਆ ਇੱਥੇ ਸਾਰੇ ਵੀਰਾਂ ਨੇ ਕਬੂਤਰ ਛੱਡੇ ਹੋਣੇ ਜਿਨ੍ਹਾਂ ਨੇ ਨਹੀਂ ਛੱਡੇ ਹੁੰਦੇ ਕਿਉਂਕਿ ਨਹੀਂ ਆਉਂਦੇ ਹਾਂਜੀ ਹਾਂਜੀ ਕਿਉਂਕਿ ਘਰ ਦੇ ਵਿੱਚ ਵੀ ਉਹਨਾਂ ਨੇ ਅੜਾਈਆਂ ਟੁੱਟੀਆਂ ਆਉਂਦੀਆਂ ਨੇ ਤੇ ਵੀਰੇ ਇਹ ਪਿੰਡ ਦੀ ਜਿਹੜੀ ਬਾਜੀ ਆ ਇੱਥੇ ਇਸ ਟਾਈਮ ਕਲੱਬ ਦੀ ਬਾਜੀ ਚੱਲ ਰਹੀ ਆ ਕਿੰਨਵੀਂ ਬਾਜੀ ਆ ਇਹ ਕਲੱਬ ਦੀ ਇਹ ਬਾਜੀ ਮੈਂ ਕਹਿੰਦਾ ਹੋਊ 8ਵੀਂ ਕੋਲ 8ਵੀਂ ਕਹੂੰ ਕਲੱਬ ਵਿੱਚ ਦੋ ਦਾ ਕੈਂਸਲ ਵੀ ਹੋ ਗਈਆਂ ਦੋ ਕੈਂਸਲ ਹੋ ਗਈਆਂ ਹਾਂਜੀ 8ਵੀਂ ਬਾਜੀ ਆ 8ਵੀਂ ਹੋ ਗਈ ਜੀ ਤੇ ਇਸ ਕਲੱਬ ਦੇ ਵਿੱਚ ਆਪਾਂ ਕਿੰਨੀਆਂ ਬਾਜੀਆਂ ਛੱਡੀਆਂ ਨੇ ਹੁਣ ਆਪਾਂ ਜੀ 7 ਛੱਡੀਆਂ ਨੇ ਇਹ ਕਲੱਬ ਦੇ ਵਿੱਚੋਂ ਕਿੰਨੀਆਂ ਵਿਨ ਕੀਤੀਆਂ ਆਪਾਂ 5 ਬਾਜੀਆਂ ਵਿਨਰ ਕਰੀਆਂ ਸਾਰਿਆਂ ਨੂੰ ਵੱਧ ਉੜਿਆ 5 ਬਾਜੀਆਂ ਦੇ ਆਪਣਾ ਇੱਕ ਆਪਣਾ ਝਨੇਰ ਤੀਜਾ ਹਾਰ ਗਿਆ ਝਨੇਰ ਤੀਜਾ ਹਾਰ ਗਿਆ ਹਾਂ ਇੱਕ ਆਪਣੀ ਹਾਰ ਗਈ ਕਬੂਤਰੀ ਇੱਥੇ ਮੋਹਲੀ ਉਹ ਵੀ ਤੀਜੀ ਹਾਰ ਗਈ ਪਰਸੋਂ ਹੀ ਤੇ ਹੋਰ ਕਿੱਥੇ ਕਿੱਥੇ ਹੋਈਆਂ ਇਹ ਬਾਜੀਆਂ ਕਲੱਬ ਦੀਆਂ ਜਿਵੇਂ ਪਹਿਲਾਂ ਧੂਰਕੋਟ ਹੋਈ ਹੈ ਜੀ ਪਹਿਲੀ ਬਾਜੀ ਧੂਰਕੋਟ ਹੋਈ ਪਹਿਲੀ ਤੇ ਪਹਿਲੀ ਝਨੇਰ ਹੋਈ ਜੀ ਫਿਰ ਝਨੇਰ ਹੋਈ ਫਿਰ ਧੂਰਕੋਟ ਹੋਈ ਦੂਜੀ ਧੂਰ ਕਲਿਆਣ ਕਲਿਆਣ ਹੋਈ ਉਹ ਆਪਾਂ ਛੱਡੀ ਨੇ ਵੱਡੇ ਮੇਰ ਨੇ ਹੋਈ ਉਹ ਵੀ ਛੱਡੀ ਆਪਣੇ ਖੁੱਤ ਲੋੜ ਨਹੀਂ ਪਾਣੀ ਤੇ ਨਹੀਂ ਫਿਰ ਧੂਰਕੋਟ ਹੋਈ ਧੂਰਕੋਟ ਤੋਂ ਬਾਅਦ ਹੋਈ ਸਾਪੇ ਸਾਪੇ ਫਿਰ ਰਾਜਗੜ੍ਹ ਹੋਈ ਫਿਰ ਸਵਾਜਪੁਰੇ ਹੋਈ ਇੱਕ ਨੂੰ ਅੱਜ 8ਵੀਂ ਬਾਜੀ 8ਵੀਂ ਜਾਂ 9ਵੀਂ ਹੋਊਗਾ ਬੱਚੇ ਯਾਨੀ ਟੋਟਲ ਤੁਸੀਂ ਇਸ ਕਲੱਬ ਦੀਆਂ 7 ਬਾਜੀਆਂ ਛੱਡੀਆਂ ਨੇ 7ਾਂ 'ਚ 5 ਵਿਨ ਕਰ 5 ਜਿੱਤ ਕੇ 3 2 ਤੇ ਆਪਣਾ ਤੀਜਾ ਹਾਰਿਆ ਕਮੋਲੀ ਵੀ ਆਪਣੀ ਛੋਟੀ ਮੋਲੀ ਤੀਜੀ ਹਾਰੀ ਆ ਹਾਂਜੀ ਤੇ ਇਹਨਾਂ ਬਾਜੀਆਂ ਤੋਂ ਇਲਾਵਾ ਆਪਾਂ ਹੋਰ ਕਿੱਥੇ ਕਿੱਥੇ ਆਏ ਸੀ ਜਿੰਦੇ ਵਿੱਚ ਛੱਡੀਆਂ ਨੇ ਬਾਜੀਆਂ ਇੱਕ ਰਾਜਗੜ੍ਹ ਛੱਡੀ ਛੋਟੇ ਪਿੰਡ ਛੱਡੀ ਚਲੋ ਉਹਨੇ ਮੌਸਮ ਖਰਾਬ ਹੋ ਗਿਆ ਚਲ ਹਿੱਸੇ ਰਹਿ ਗਈ ਇੱਕ ਅਸੀਂ ਪਿੰਡ ਵਾਲੇ ਛੱਡ ਦਿੰਦੇ ਪਹਿਲਾਂ ਸਟਾਰਟਿੰਗ ਤੇ ਨਵੇਂ ਪਿੰਡ ਉੱਥੇ ਆਪਣਾ ਸਾਰਿਆਂ ਨੂੰ ਵੱਧ ਉੜਿਆ ਚਲ ਆਪਣੀ ਪਿੰਡ ਪਿੰਡ ਦੀ ਹੁੰਦੀ ਉਹਦਾ ਹਾਂਜੀ ਇੱਕ ਮੁੰਡੇ ਦਾ ਹੋਰ ਸੀ ਆਪਣੇ ਪਿੰਡ ਉਹਨੇ ਨਵੇਂ ਰੱਖਿਆ ਉਹਦਾ ਰਹਿ ਗਿਆ ਸੀ ਚਲ ਆਪਾਂ ਕੋਈ ਬਾਲ ਹੋ ਗਈ ਗੱਲ ਨਵਾਂ ਜੀ ਤੇ ਬਹੁਤ ਵਧੀਆ ਬਾਜੀਆਂ ਨੇ ਬਾਈ ਹੁਣ ਛੱਡਦੇ ਨੇ ਪਹਿਲਾਂ ਇਹਨਾਂ ਨੇ ਕਬੱਡੀ ਦੇ ਵਿੱਚ ਆਪਣਾ ਨਾਮ ਬਣਾਇਆ ਤੇ ਹੁਣ ਪੁੱਤਰ ਬਾਈ ਦੇ ਵਿੱਚ ਜਿਹੜੀ ਬੱਲੇ ਬੱਲੇ ਕਰਾਈ ਹੋਈ ਆ ਤੇ ਬਾਈ ਪਹਿਲਾਂ ਆਪਾਂ ਗੱਲਬਾਤ ਕਰੀਏ ਹੁਣ ਜਿਵੇਂ ਤੁਸੀਂ ਪਹਿਲਾਂ ਕਬੱਡੀ ਖੇਡਦੇ ਸੀ ਕਬੱਡੀ ਦਾ ਸਫ਼ਰ ਆ ਜਿਹੜਾ ਉਹ ਕਿਵੇਂ ਸ਼ੁਰੂ ਹੋਇਆ ਸੀ ਪਿੰਡ ਜੀ ਮਿਹਨਤ ਕਰਦੇ ਹੁੰਦੇ ਉਹਨੂੰ ਦੇਖਣ ਜਾਂਦੇ ਹੁੰਦੇ ਆਪਣੇ 2004 ਚੋਂ ਫਿਰ ਉਹਨੂੰ ਦੇਖ ਕੇ ਸ਼ੌਂਕ ਜਿਹਾ ਪੈ ਗਿਆ ਖੇਡਣ ਲੱਗ ਗਏ ਬਾਹਰ ਖੇਡੇ ਥੋੜ੍ਹੇ ਜਿਹੇ ਮੈਚ ਫਿਰ ਚੱਲ ਵਜਨ ਵੱਧ ਗਿਆ ਉੱਪਰ ਖੇਡੇ ਫਿਰ ਆਪਣੇ ਕਬੱਡੀ ਦੇ ਵਿੱਚ ਕਦੇ ਬਾਹਰਲਾ ਟੂਰ ਨਹੀਂ ਲੱਗਿਆ ਆਪਣਾ ਬਾਹਰਲਾ ਲੱਗਿਆ ਜੀ ਮਲੇਸ਼ੀਆ ਖੇਡ ਕੇ ਆਏ ਹਾਂ ਇੱਕ ਵਾਰੀ ਇੰਗਲੈਂਡ ਦਾ ਬਣਿਆ ਹੋਈ ਉਹਦੇ ਸੱਟ ਲੱਗ ਗਈ ਸੀ ਸੱਟ ਦੇ ਹਾਂਜੀ ਸੱਟ ਕਾਰਨ ਹਾਂ ਸੱਟ ਕਾਰਨ ਇੰਗਲੈਂਡ ਦਾ ਗੱਲ ਹੋਈ ਹੋਈ ਸੀ ਉਹ ਸੱਟ ਲੱਗ ਗਈ ਕੁਦਰਤੀ ਪਰਮਾਤਮਾ ਨੇ ਤੇ ਜਦੋਂ ਕਬੱਡੀ ਤੁਸੀਂ ਖੇਡਦੇ ਹੁੰਦੇ ਸੀ ਉਦੋਂ ਕਿਹੜੇ ਕਿਹੜੇ ਮੇਨ ਮੇਨ ਖਿਡਾਰੀ ਹੁੰਦੇ ਜਿਨ੍ਹਾਂ ਨਾਲ ਤੁਸੀਂ ਹਿੱਸੇ ਜਾਣੀ ਨਾਲ ਖੇਡਦੇ ਹੁੰਦੇ ਜਿਨ੍ਹਾਂ ਤੁਸੀਂ ਜਿਵੇਂ ਸਾਡੇ ਏਰੀਏ ਦੇ ਜਰਾਲ ਦਿਆਲ ਬਾਈ ਤੁਹਾਡੀ ਟੀਮ ਜੀ ਜਰਾਲ ਦਿਆਲ ਹੋ ਗਈ ਜਰਗੜੀ ਹੋ ਗਈ ਕੌਂਕੇ ਹੋ ਗਈ ਉਦੋਂ 5-6 ਟੀਮਾਂ ਪੂਰੀਆਂ ਵਧੀਆ ਹੁੰਦੀ ਸਾਡੀ ਲੋਟ ਹੁੰਦੀ ਜਦੋਂ ਅਸੀਂ ਨਵੇਂ ਸੀ ਫਿਰ ਸਾਨੂੰ ਚਲੋ ਅਸੀਂ ਮਿਹਨਤ ਕਰਕੇ ਫਿਰ ਸਾਡੀ ਪੂਰੀ ਤਕੜੀ ਫਿਰ ਸਾਰੀਆਂ ਟੀਮਾਂ ਨੂੰ ਹਰਾਉਣ ਲੱਗ ਗਏ ਜਿਹੜੇ ਹੱਥ ਬੜੇ ਹੈਵੀ ਸੀ ਉਹਨਾਂ ਨੂੰ ਅਸੀਂ ਖਰਾ ਦੇ ਸਾਨੂੰ ਵੀ ਰਾਜ ਨੇ
ਤੇ ਫਿਰ ਜਿਵੇਂ ਹੁਣ ਆਪਣੇ ਪਿੰਡ ਤੋਂ ਮੁੰਡਾ ਵਾ ਇੰਦਰਜੀਤ ਉਹ ਤੁਹਾਡੇ ਤੋਂ ਬਾਅਦ ਖੇਡਣ ਲੱਗਾ ਹਾਂਜੀ ਉਹ ਤਾਂ ਬਾਟ ਬੂਟ ਖੇਡਦਾ ਹੁੰਦਾ ਸੀ ਉਹ ਫਿਰ ਇੱਕ ਦਿਨ ਅਸੀਂ ਕਿਹਾ ਸੀਗਾ ਇੱਥੇ ਕਿੰਨੇ ਸ਼ਾਹਾ ਬਣੇ ਅਸੀਂ ਕਹਿੰਦੇ ਸਾਡੇ ਨਾਲ ਖੇਡ ਲਿਆ ਬੰਦਾ ਘਾਟਾ ਵੀ ਤੂੰ ਕੋਈ ਗੱਲ ਨਹੀਂ ਅਸੀਂ ਮਛਾ ਬਣਾ ਕੇ ਲੈ ਗਏ ਉਹਨੂੰ ਜਾਂਦਾ ਨਹੀਂ ਸੀ ਕਹਿੰਦਾ ਮੈਂ ਬਾਟ ਘਾ ਕੇ ਖੇਡਦਾ ਸੀ ਚੱਲ ਆਪਣੀ ਮੰਨਦਾ ਸੀ ਮੈਂ ਯਾਰ ਅੱਜ ਖੇਡਣਾ ਬੁੱਧੇ ਨੂੰ ਉੱਧਰ ਸਾਨੂੰ ਇੱਕ ਟੀਮ ਤੰਗ ਕਰਦੀ ਰੇਡਰ ਹੌਲਾ ਸੀ ਉਹ ਸਾਡੇ ਨਾਲ ਫੜਿਆ ਨਹੀਂ ਜਾਂਦੇ ਅਸੀਂ ਲੈ ਕੇ ਮੇਰੇ ਸ਼ੌਹਰ ਟੀਮ ਮਾਰਾਈ ਉੱਧਰ ਬਾਢ ਹੌਲਾ ਉੱਧਰ ਵੀ ਬਹੁਤ ਤਕੜਾ ਖੇਡਿਆ ਫਿਰ ਅੱਜ ਤੋਂ ਕਹਿੰਦਾ ਮੈਂ ਉੱਪਰ ਹੀ ਖੇਡੂ ਛੋਟਣਾ ਕਹਿੰਦਾ ਬਾਟ ਨਹੀਂ ਖੇਡਦਾ ਉਸ ਦਿਨ ਤੋਂ ਬਾਅਦ ਬਸ ਉਹ ਕਹਿੰਦਾ ਮੈਂ ਉੱਪਰ ਹੀ ਖੇਡੂੰਗਾ ਫਿਰ ਉਹ ਚੱਲ ਵਜਨ ਵੱਧ ਗਿਆ ਮਿਹਨਤ ਵਧੀਆ ਕਰੀ ਮਿਹਨਤ ਨੂੰ ਬਹੁਤ ਅੱਛੀ ਵਾ ਫਿਰ ਚੱਲ ਉੱਪਰ ਨਹੀਂ ਖੇਡਿਆ ਫਿਰ ਤਕੜਾ ਬਹੁਤ ਹੋ ਗਿਆ ਹਾਂਜੀ ਤੇ ਕਬੱਡੀ ਫਿਰ ਕਦੋਂ ਛੱਡੀ ਆ ਆਪਾਂ ਕਬੱਡੀ ਆਪਾਂ ਛੱਡਤੀ ਬਾਈ 17-18 ਆਪਣੇ ਸੱਟ ਲੱਗ ਗਈ ਸੀ ਹਾਂ ਗੋਡੇ 'ਤੇ ਫਿਰ ਲੋਟਰੀ ਆਉਂਦਾ ਸੀ ਨਾ ਫਿਰ ਉਹ ਗੱਲ ਨਹੀਂ ਬਣਦੀ ਛੱਡਤੀ ਹਾਂਜੀ ਕਬੂਤਰ ਬਾਈ ਦੇ ਵਿੱਚ ਫਿਰ ਕਦੋਂ ਆਈ ਕਬੂਤਰ ਪਹਿਲਾਂ ਵੀ ਰੱਖੇ ਹੋਈ ਪਹਿਲਾਂ ਘੱਟ ਧਿਆਨ ਜੇ ਜੂੰ ਡਾ ਡੂ ਲੈਂਦੇ ਘਰੇ ਕਬੂਤਰ ਅਸੀਂ ਸਾਡੇ ਕਬੱਡੀ ਤੋਂ ਬਾਅਦ ਕੈਦ ਇੰਦਰ ਵੀ ਤੇ ਆਪ 10-12 ਰੱਖ ਲੈਣਗੇ ਕਬੂਤਰ ਆਪੇ 10 ਤਾਂ ਧਿਆਨ ਜਾ ਦਿੱਤਾ ਫਿਰ ਬਾਈ ਨੂੰ ਛੱਡਣ ਲੱਗ ਗਏ ਕਬੱਡੀ ਦੇ ਨਾਲ ਨਾਲ ਹੀ ਰੱਖ ਲਏ ਜੀ ਨਾ ਕਬੱਡੀ ਛੱਡ ਕੇ ਫਿਰ ਲੋਟ ਆਉਂਦਾ ਜੀ ਦੋ ਕੰਮ ਨਹੀਂ ਨਾ ਹੁੰਦੇ ਸਨਮਾਨ ਕਦੋਂ ਬਣਾਇਆ ਉਹਨਾਂ ਨੇ ਉਸਤਾਦ ਉਸਤਾਦ ਜੀ ਮੈਂ ਤੇ ਜੇਨੀ ਜਾਣ ਲੱਗੇ ਇਕੱਠੇ ਦੋਨੇ ਸਾਡਾ ਦੋਨਾਂ ਉਸਤਾਦ ਹੋਈ ਹੈ ਜੀ ਸਾਨੂੰ ਹੋ ਗਏ ਹਾਂ ਪੰਜ ਕੁ ਸਾਲ ਹੋ ਗਏ ਜੀ ਕੋਈ ਬਾਈ ਨੂੰ ਪੈਸੇ ਦਿੱਤਾ ਅਤੇ ਉਹਨਾਂ ਵਾਲੀ ਹੈ ਜੀ ਸਾਡਾ ਹਾਂਜੀ ਅਤੇ ਉਹਨਾਂ ਸਾਨੂੰ ਸਾਰਾ ਕੁਝ ਦੱਸਦਾ ਜੀ ਜਿਹੜੀ ਖੇਡ ਆ ਜੀ ਘੁਮਾ ਕੇ ਵੀ ਲਿਆ ਕੇ ਛੱਡਦੇ ਉਦੋਂ ਘਰ ਵੀ ਕਹਿੰਦਾ ਸ਼ੰਭੋ ਕਬੂਤਰ ਸਾਰਾ ਕੁਝ ਕਰਦਾ ਜੀ ਅਤੇ ਆਪਣੇ ਨਿਰਭੈ ਪੱਖਵਾਲ ਉਹਨਾਂ ਤੋਂ ਇਲਾਵਾ ਹਾਂਜੀ ਹੋਰ ਕਿਸੇ ਵੀਰ ਨੇ ਤੁਹਾਡਾ ਸਾਥ ਦਿੱਤਾ ਗੇਮ ਪਾਣੀ ਦੇ ਵਿੱਚ ਨਹੀਂ ਹੋਰ ਨਹੀਂ ਆਪਾਂ ਨਾ ਕਿਸੇ ਕੋਲ ਆਪਾਂ ਗਏ ਹਾਂ ਜੀ ਬਾਲਿਆਂ ਕੋਲ ਆਪਾਂ ਜਾਂਦੇ ਨਹੀਂ ਜਿਹਦੇ ਕੋਲ ਇੱਕ ਕੋਲ ਜਾਈ ਫਿਰ ਉਹਦੇ ਕੋਲ ਜਾਂਦੇ ਹਾਂ ਐਂ ਹੈਗਾ ਵੀ ਅੱਜ ਇਹਦੇ ਕੋਲ ਅੱਜ ਇਹਦੇ ਕੋਲ ਆਪਾਂ ਉੱਕਣ ਜਾਂਦੇ ਨਹੀਂ ਅਤੇ ਹੁਣ ਜਿਵੇਂ ਤੁਸੀਂ 17 'ਚ ਬਾਜ਼ੀਆਂ ਸ਼ੁਰੂ ਕੀਤੀਆਂ ਸੱਟ ਲੱਗਣ ਤੋਂ ਹਾਂਜੀ ਹਾਂਜੀ ਅਤੇ ਬਾਜ਼ੀਆਂ ਜਿੱਤਣ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਕੋਲ ਗਏ ਹੋ ਜਾਂ ਬਾਅਦ 'ਚ ਬਾਜ਼ੀਆਂ ਸ਼ੁਰੂ ਹੋਣ ਤਾਂ ਗਏ ਹਾਂ ਹਾਂਜੀ ਉਹਨਾਂ ਕੋਲ ਫਿਰ ਜਿੱਤੀਆਂ ਨੇ ਬਾਜ਼ੀਆਂ ਜੀ ਉਹਨਾਂ ਨੂੰ ਪਹਿਲਾਂ ਬਾਅਦ 'ਚ ਜਿੱਤੀਆਂ ਬਾਜ਼ੀਆਂ ਪਹਿਲਾਂ ਆਪਣਾ ਰਾਣਾ ਹੁੰਦਾ ਜੀ ਭੈਣੀ ਦਾ ਜੀ ਉਹਨੇ ਆਪਣੇ ਦੋ ਤਿੰਨ ਕਬੂਤਰ ਸਾਂਭ ਕੇ ਛੱਡਿਆ ਜੀ ਬਾਹਲੇ ਜ਼ਿਆਦਾ ਉੱਡੇ ਰਸੀਨ ਆਪਣਾ 100 ਕਬੂਤਰ ਸੀ 7:17 ਤੇ ਆਪਣਾ ਇਕੱਲਾ ਫਿਰਦਾ ਜੀ ਠੀਕ ਹੈ ਉਹ ਪਹਿਲਾਂ ਆਪਣਾ ਰਾਹ ਪਾਇਆ ਰਾਣੇ ਨੇ ਭੈਣੀ ਵਾਲੇ ਨੇ ਹਾਂਜੀ ਰਾਣਾ ਬਾਹਰ ਚ ਲੈ ਗਿਆ ਮੁੰਡਾ ਆਪਣਾ ਬਹੁਤ ਜ਼ਿਆਦਾ ਤੇ ਉਹ ਸੀ ਉਹਨਾਂ ਉਹਨੇ ਲੈਣ ਆਪਣੀ ਉਹਨੇ ਸਟਾਰਟ ਕਰੀ ਆਪਾਂ ਕਹੀ ਜਾਈਏ ਆਪਣੇ 3 ਕਬੂਤਰ ਸਾਂਭ ਕੇ ਛੱਡਿਆ 3 ਹੀ ਬਾਹਲੇ ਜ਼ਿਆਦਾ ਉੱਡਿਆ ਜੀ ਉਹ ਬੱਟ ਵੀ 46-46 ਹੁੰਦਾ ਜੀ ਠੀਕ ਹੈ ਹਾਂਜੀ ਪਹਿਲਾਂ ਆਪਣਾ ਉਹ ਬੰਦੇ ਨੇ ਰਾਹ ਪਾਇਆ ਫਿਰ ਬਾਈ ਕੋਲ ਚਲੇ ਗਏ ਕਬੂਤਰ ਆਪਣੇ ਕੋਲ ਕਿਵੇਂ ਬਣੇ ਕਬੂਤਰ ਬਾਈ ਆਪਾਂ ਜਿਵੇਂ ਪਹਿਲਾਂ ਫੜੇ ਹੋਏ ਆਪਣੇ ਕੋਲ ਇੱਕ ਫੜੀ ਬੱਬੂ ਦੀ ਮਹਿਰ ਵਾਲੀ ਕਬੂਤਰੀ ਠੀਕ ਹੈ ਫਿਰ 2-3 ਕਬੂਤਰ ਹੋਰ ਫੜੇ ਹੋਏ ਚਲੋ ਉਹਨਾਂ ਨਹੀਂ ਨਾ ਲੈਣਾ ਉਹ ਕਬੂਤਰ ਆਪਣੇ ਕੋਲ ਲੈਣ ਵਧੀਆ ਗਈ ਵਧੀਆ ਉੱਡਦੇ ਆ ਇੰਨਾ ਜਾਂਦੇ ਵੀ ਆਪਣੇ ਕਬੂਤਰ ਕਦੋਂ ਵੀ ਉਹੀ ਚੱਲੇ ਆ ਰਹੇ ਹਾਂਜੀ ਆਪਾਂ ਨਾ ਕਿਤੋਂ ਲਿਆਉਂਦੇ ਆ ਕਿ ਬਾਈ ਤੋਂ 2 ਕਬੂਤਰੀਆਂ ਲੈ ਕੇ ਆਉਣ ਰੁਪਏ ਤੋਂ ਹਰੇ ਉਹਨਾਂ ਬਚੇ ਛੱਡ ਰਹੇ ਆ ਬਾਜੀਆਂ ਹਲੇ ਛੱਡੇ ਨਹੀਂ ਛੱਡਣੀ ਉਹ ਛੱਡਾਂਗੇ ਤਾਂ ਵਧੀਆ ਟਿਕਾ ਕੇ ਬਾਜੀ ਗਰਮੀ ਵੱਧ ਉਹਦੇ ਛੱਡਾਂਗੇ ਤੇ ਹੁਣ ਜਿਵੇਂ ਵੀਰੇ ਗਰਮੀ ਆ ਜਿਹੜੀ ਪਹਿਲਾਂ ਪੈ ਗਈ ਇਹਦੇ ਨਾਲ ਕਬੂਤਰ ਬਾਈ ਤੇ ਕੀ ਅਸਰ ਪੈ ਰਿਹਾ ਇਹਦੇ ਐਂ ਜੀ ਜਿਹੜਾ ਕਿਸੇ ਦਾ ਵਧੀਆ ਜੇਲ ਆ ਉਹਦੇ ਉੱਡਦੇ ਜੀ ਜਿਹੜਾ ਨਹੀਂ ਜੇਲ ਆ ਉਹਦੇ ਨਹੀਂ ਉੱਡਦੇ ਨਹੀਂ ਜਿਹੜਾ ਚੰਗੀ ਤਰ੍ਹਾਂ ਗੁਰੂ ਦਾ ਚੰਡਿਆ ਉਹਦੇ ਉੱਡੂ ਜੀ ਮਾੜੇ ਬੰਦੇ ਨਹੀਂ ਉੱਡਦੇ ਜੀ ਹੁਣ ਕੱਲ੍ਹ ਜੀ 12-12 ਵਜੇ ਬਾਜੀ ਨੇ ਬੜੀਆਂ ਕੱਲ੍ਹ ਦਿਨ ਵਾਲਾ ਡੈਡ ਸੀ ਤੇ ਹੁਣ ਅੱਜ ਕਿੰਨੇ ਕੁ ਟਾਈਮ ਦੀ ਸੁਭਾਵਨਾ ਲੱਗਦੀ ਅੱਜ ਵੀ ਥੋੜ੍ਹੀ ਜਿਹੀ ਬਦਲਵਾਈ ਦੀ ਹੈਗੀ ਆ ਹਾਂਜੀ 6 ਦੇ ਲੈਵਲ ਲੱਭੜੂ ਜੀ ਅੱਜ ਬਾਜੀ ਤਾਂ ਨਰਮਾ ਜਿਹੜੇ ਗਰਮੀ ਦੇ ਕੁੱਤਰਾਂ ਡੇ ਉਹਨਾਂ ਨੇ ਗੰਨੇ ਨਹੀਂ ਕੋਈ ਇਹਨਾਂ 4-5 ਵਜੇ ਘਰੇ ਬੰਦੇ ਉਹਨਾਂ ਨੇ ਇੱਥੇ ਕੀ ਬਹਿਣਾ ਤੇ ਅੱਜ ਫਿਰ ਐਂ ਵੀ ਲੱਗਦਾ ਵੀ ਕਈ ਵਾਰ ਜਿਵੇਂ ਗਰਮੀ ਨਹੀਂ ਪੈਂਦੀ ਜਾਨਵਰ ਤੁਰ ਵੀ ਜਾਂਦੇ ਆ ਹਾਂ ਵਿੱਚ ਜਾ ਵੀ ਵੜਦਾ ਹੀ ਕਿਸੇ ਤੈਅ ਵੀ ਨਹੀਂ ਮਿਲਦੀ ਹੁੰਦੀ ਐਂ ਵੀ ਚੱਕਰ ਹੋ ਜਾਂਦਾ ਹਾਂਜੀ ਹਾਂਜੀ ਤੇ ਇਸ ਸੀਜ਼ਨ ਦੇ ਵਿੱਚ ਹੁਣ ਕਿਹੜੀਆਂ ਆਪਣੀਆਂ ਐਂਟਰੀਆਂ ਕਰਾਈਆਂ ਹੋਈਆਂ ਜਿਵੇਂ ਇੱਕ ਕੁੱਪ ਕਰਾਈ ਆ 29 ਤਰੀਕ ਨੂੰ ਥਾਰ ਵਾਲੀ ਆ ਹਾਂਜੀ ਇੱਕ ਆਪਣੀ ਚੱਕਰ ਆ 29 ਤਰੀਕ ਦੀ ਆ 19 ਤਰੀਕ ਦੀ ਅੱਜ ਦੇ ਗੇੜਿਆਂ ਤੇ ਇੱਕ 19 ਮਈ ਦੀ ਆ ਇੱਕ 29 ਦੀ ਹਾਂ ਇੱਕ ਆਪਣੀ ਛਾਪੇ ਆ 32 ਵਾਲੀ ਐਂਟਰੀਆਂ ਸਾਰਿਆਂ ਦੀ ਆ ਜੀ ਜਿੱਥੇ ਕਿ ਵਧੀਆ ਬਾਜੀਆਂ ਨੇ ਸਾਰਿਆਂ ਦੇ ਐਂਟਰ ਚੱਕਰ ਤੇ ਛਾਪੇ ਕੀ ਨਾਮ ਨੇ ਚੱਕਰ ਦਾ ਹੀ ਬੜੇ ਨਾਮ ਆ ਜੀ ਉੱਥੇ ਮੈਂ ਕਹਿੰਦਾ ਉਹ ਪਰਚੀਆਂ ਕੱਢੀਆਂ ਸੀ ਉਹਦੇ ਨੇ ਉੱਥੇ ਛਾਪੇ ਮੈਂ ਕਹਿੰਦਾ 32 ਸ਼ਤ ਮੋਟਰ ਐਂਗਲ ਜੀ ਹਾਂਜੀ ਇੱਕ ਕੋਲਡ ਛੱਡਣੀ ਆ ਜੀ 17 ਤਰੀਕ ਨੂੰ ਕੱਲ੍ਹ ਨੂੰ ਛੱਡਣੇ ਆ ਕੋਲਡ ਵੀ ਮੋਟਰ ਐਂਗਲ ਭਾਅ ਜੀ ਉਹ ਛੱਡਣੇ ਆ ਬਾਈ ਦੇ ਕੋਲ ਜਾ ਕੇ ਉਹਨਾਂ ਰੁਪਏ ਦੇ ਉਹਨਾਂ ਦੇ ਘਰੋਂ ਹਾਂਜੀ ਹਾਂ ਸਾਨੂੰ ਕਬੂਤਰ ਲਿਜਾ ਕੇ ਛੱਡਣਾ ਉੱਥੇ ਆਪਣੇ ਕਬੂਤਰ ਲੋਟ ਨਹੀਂ ਉੱਧਰੋਂ ਛੱਡ ਦਈਏ ਜੀ ਉੱਧਰੋਂ ਲੋਟ ਲਾ ਦੇ ਉੱਧਰੋਂ ਖੁੱਲੀਆਂ ਬਾਜੀਆਂ ਪੈਰ ਦੀ ਕਿੰਨੀਆਂ ਕੁ ਛੱਡਦੀਆਂ ਹੋਣਗੀਆਂ ਆਪਾਂ ਤਾਂ 8 ਕੀ ਛੱਡੀਆਂ ਨੇ 6-7 ਆਪਾਂ ਜਿੱਤ ਗਏ ਆਹੀ ਛੱਡੇ ਨੇ ਗਲਾਬ ਆਹੀ ਗਲਾਬ ਦੀਆਂ ਦੋ ਇੱਕ ਛੋਟੇ ਪੰਡ ਛੱਡੀ ਜੀ ਉਹ ਇੱਕ ਸਾਡੀ ਪਿੰਡ ਦੀ ਹੋਈ ਉਹ ਤਾਂ ਖੁੱਲੀ ਛੱਡੀ ਕੱਲ੍ਹ ਛੱਡੀ ਜਲਵਾਣੇ ਆਪਣਾ ਕਬੂਤਰ ਉੱਲੇ 'ਤੇ ਚੜਿਆ ਨਹੀਂ ਟੇਪਿਆ ਫਿਰ ਮੁੜੇ ਛੱਡੀ ਨਹੀਂ ਹੋਰ ਸਹੀ ਭਾਅ ਜੀ ਕੋਈ ਇੱਧਰ ਹੀ ਲੋਟ ਨਹੀਂ ਆਉਂਦਾ ਜੀ ਇੱਕ ਦਿਨ ਗੇੜੇ ਹੁੰਦੇ ਇੱਕ ਦਿਨ ਬਦਾਮ ਪਾ ਲਓ ਭਾਅ ਜੀ ਅੱਜ ਹਾਂ ਜੀ
अपना जेल है जी, इन्हें एक बहुत छा दिता जी, एक इंद्र पिता जी, ये दोनों है जी, बहुत बम घर हम बाजी आता पर गेड़े गुड़े दोनों कट्ठे ही रहते घरे, ये करके मैं बहुत सौख है जी। मेरे तक कोई जेल नहीं जी, उन्होंने जेड़े है जी, हाँ जी उन्हें बना भी नहीं बी, साल दो साल बंदा ना रहे फिर फर्क है, हम आप जाके 5 लाख दे उन्होंने जानते होंगे नहीं, तू उतर दे तू जोड़ी पानी दे तू गल नहीं बनती, साल खंड बंदा ना रहा हो बंद पता लग जाए भी कह जा कबूतर जे किसी नूं वध दे दे जी उहनूं ऐ होंदा वी इहदा उहीं दे दे मैनूं, बंदा साल खंड रहा होवे पता लग जांदा वी बंदा कहे जा कल कुछ नहीं, जानवरां दी वी कोई गल नहीं हुंदी। ਜਿਵੇਂ ਹੁਣ ਤੁਸੀਂ ਵੀਰੇ ਕਈ ਨਾਮ ਲਏ ਨੇ, ਇੱਕ ਤਾਂ ਰਾਣਾ ਭੈਣੀ ਉਹਨਾਂ ਨੇ ਵਧੀਆ ਸਾਥ, ਹਾਂਜੀ ਪੂਰਾ ਭੈਣ ਬਾਈ ਦੇ ਵਿੱਚ ਹੋਰ ਕਿੰਨਾ ਕਿੰਨਾ ਵੀਰਾਂ ਦਾ ਸਾਥ ਰਹੇਗਾ? ਆਪਣਾ ਜੇਨੀ ਦਾ ਕਲਸ਼ਾਂ ਦਾ ਬਹੁਤ ਸਾਥ ਰਿਹਾ ਜੀ, ਹਾਂਜੀ ਹਾਂ ਪੂਰਾ ਬੋਲ ਕਿ ਉਹ ਇਕੱਠੇ ਆ ਜੀ, ਪੂਰਾ ਆਪਾਂ ਨੂੰ ਬਾਹਲਾ ਨਹੀਂ ਕਿਸੇ ਦਾ ਰਿਹਾ, ਆਪਾਂ ਕਹੀ ਜੀ ਤੇ ਸਾਥ ਫਿਰ ਦੋਨੇ ਇਕੱਠੀ ਧਾਰਨ ਕਰਨਗੇ ਜੀ ਉਹਨਾਂ, ਹਾਂਜੀ ਬਾਈ ਇਕੱਠੇ ਹੀ ਜਾਂਦੇ, ਪਹਿਲਾਂ ਜੇਨੀ ਗਿਆ ਜੀ ਫਿਰ ਅਸੀਂ ਇਕੱਠੇ ਜਾਣ ਲੱਗੇ ਬਾਈ ਨਾਲ ਤੇ ਉਹ ਪੈ ਗਿਆ, ਉਹ ਦੋਨੇ ਹੀ ਆ ਜੀ। ਤੇ ਬਾਈ ਆਪਾਂ ਹੁਣ ਬਾਜੀਆਂ ਨੇ ਜਿਹੜੀਆਂ ਕਿਹਦੇ ਨਾਂ ਤੇ ਛੱਡਦੇ ਆ? ਆਪਣੀ ਛੋਟੀ ਕੁੜੀ ਆਈ ਪਵਨ ਕਲਸ਼ੀਆਂ ਦੇ ਨਾਂ ਤੇ, ਪਵਨ ਕਲਸ਼ੀਆਂ ਦੇ ਨਾਂ, ਹਾਂਜੀ ਜਾਂ ਆ ਮੁੰਡੇ ਦੇ ਨਾਂ ਤੇ ਛੱਡਦੇ ਆਪਾਂ ਕਲਸ਼ੀਆਂ, ਠੀਕ ਆ ਹਾਂਜੀ, ਯਾਨੀ ਘਰੇ ਦੇਖ ਰਹੇ ਕੇ ਹੀ ਕਰਦੇ, ਹਾਂਜੀ ਹਾਂ ਪੂਰੀ ਇਹਨਾਂ ਦੇ ਨਾਮ ਤੇ, ਹਾਂਜੀ ਦੋਨਾਂ ਇਹਨਾਂ ਇਹਦੇ ਨਾਂ ਤੇ ਵੀ ਅੱਜ ਪਵਨ ਦੇ ਨਾਂ ਤੇ ਦੋਨਾਂ ਦੇ ਦੋ ਕਬੂਤਰ ਆਪਣੇ ਇੱਥੇ ਅੱਜ, ਦੋ ਕਬੂਤਰ ਕਿਹੜੇ ਕਿਹੜੇ ਰੰਗ ਦੇ ਡੇਰੇ? ਇੱਕ ਦਾ ਜੀ ਲਾਲ ਕੱਛਾਂ ਕਾਲੀ ਟੋਰੀ ਆ, ਇੱਕ ਕਾਲੀ ਜਿੰਨੀ ਉਹਦੀ ਸੱਜੇ ਪਾਸੇ ਲਾਲ ਫੱਟੀ ਮਰੀ ਆ ਮੋਟੀ ਲਾ ਕੇ। ਆਪਾਂ ਤਕਰੀਬਨ ਹਰ ਬਾਜੀ ਦੀ ਦੋ ਛੱਡਦੇ ਆਂ ਜਾਂ ਇੱਥੇ ਹੀ ਦੋ ਛੱਡਦੇ ਆਂ? ਕਦੇ ਜੀ ਤਿੰਨ ਵੀ ਛੱਡ ਦਿੰਦੇ ਆਂ, ਦੋ ਤਾਂ ਪੱਕੇ ਹੀ ਹੁੰਦੇ ਆਂ, ਹਾਂਜੀ। ਤੇ ਪਿਛਲੀਆਂ ਬਾਜੀਆਂ ਦੀ ਗੱਲ ਕਰੀਏ ਤਾਂ ਵੀਰੇ, ਆਪਾਂ ਪਿਛਲੀਆਂ ਬਾਜੀਆਂ ਦੇ ਵਿੱਚ ਕੀ ਕੀ ਬਾਜੀਆਂ ਦੇ ਵਿੱਚ ਨਾਮ ਦਿੱਤੇ ਹੋਏ ਨੇ? ਨਾਮ ਤਾਂ ਜੀ ਜਿਵੇਂ ਲਾ ਲਾ ਇੱਕ ਦਿਨ ਹੁਣ ਆਪਣਾ ਉਦੋਂ ਛਾਪਿਆ ਮੈਨੂੰ ਪੱਖਾ ਨਿਕਲਿਆ, ਚਾਰ ਪੰਜ ਬਾਜੀਆਂ ਦੇ ਨਾਮ ਹੀ ਨਹੀਂ ਸੀਗੇ। ਆਹ ਹੁਣ ਵਾਲੀਆਂ ਸੀਜ਼ਨ ਦੀਆਂ ਬਾਜੀਆਂ ਤੋਂ ਇਲਾਵਾ ਜਿਹੜੀਆਂ ਆਪਾਂ ਪਹਿਲਾਂ ਛੱਡੀਆਂ ਨੇ ਬਾਜੀਆਂ? ਪਹਿਲਾਂ ਨੇ ਜਿਹੜੇ ਆਪਣੇ ਜਿੱਤੇ ਆ ਨਾਮ ਨੂੰ ਤਾਂ ਹੁੰਦਾ ਨਹੀਂ ਸੀ, ਆਪਾਂ ਨੂੰ ਪਰਚਿਆਂ ਨਿਕਲਿਆ ਵੀ ਨਹੀਂ ਕਿਤੇ, ਕਸ਼ਮੀਰ ਢਿੱਲੀ ਹੋਈ ਆ, ਜੇ ਪਰਚੇ ਬਣ ਗਏ ਆਪਾਂ ਨੂੰ ਘੱਟ ਹੀ ਨਿਕਲੂ। ਹਾਂਜੀ ਚਲੋ, ਫਿਰ ਵੀ ਬਾਜੀਆਂ ਦੇ ਵਿੱਚ ਬਹੁਤ ਸੋਹਣਾ ਨਾਮ ਆ, ਪਹਿਲਾਂ ਨਿਰਭੈ ਪੱਖਾਲ ਨੇ ਬਣਾਇਆ ਤੇ ਹੁਣ ਉਹਨਾਂ ਦੇ ਚੇਲੇ ਨੂੰ ਜਿਹੜੇ ਬਣਾਏ ਨੇ ਜੀ ਹੀਰਾ ਕਲਸੀਆਂ ਤੇ ਜੈਨੀ ਕਲਸੀਆਂ, ਬਹੁਤ ਵਧੀਆ ਕਬੂਤਰਬਾਜ਼ੀ ਕਰ ਰਹੇ ਨੇ। ਤੇ ਬਾਈ ਜੀ ਹੁਣ ਕਬੂਤਰਬਾਜ਼ੀ ਦੇ ਸੰਬੰਧ ਦੇ ਵਿੱਚ ਇੱਕ ਆਪਾਂ ਹੋਰ ਗੱਲ ਕਰਦੇ ਹਾਂ, ਪੋਸਟਰਾਂ ਦੇ ਉੱਪਰ ਪਹਿਲਾਂ ਨਹੀਂ ਸੀ ਆਉਂਦਾ, ਹੁਣ ਥੋੜ੍ਹਾ ਜਿਹਾ ਲਿਖਿਆ ਦੇਖਿਆ ਜਾਂਦਾ ਵੀ ਲਿਖਿਆ ਹੁੰਦਾ ਉਹਦੇ 'ਤੇ, ਸਭ ਤੋਂ ਪਹਿਲਾਂ ਕਬੂਤਰ ਬੈਠੇ ਵਾਲੇ ਬੰਦੇ ਨੂੰ ਸ਼ਰਾਬ ਦੀ ਬੋਤਲ ਦੇਵਾਂਗੇ, ਉਹਦਾ ਵੀ ਮਾੜੀ ਗੱਲ ਆ ਜੀ। ਉਦੋਂ 1 ਕਿਲੋ ਬਦਾਮ ਦੇ ਦਿਓ ਕਿਸੇ ਨੂੰ ਪਾਊ, ਪਹਿਲਾਂ ਇੱਕ ਤਾਂ ਊਂ ਹਰਿਆ ਹੁੰਦਾ ਘਰ ਜਾ ਕੇ ਬੁੜੀਆਂ ਨਾਲ ਲੜੂ, ਉਹਦਾ ਗਲਤ ਆ ਜੀ, ਉਹ ਵਧੀਆ ਜੀਂਦੇ, ਆਪਾਂ ਮੱਥਾ ਟੇਕ ਕੇ ਤੁਰਦੇ ਹਾਂ ਜਾਨਵਰਾਂ ਨੂੰ, ਬਿਲਕੁਲ ਉਹਦਾ ਵੀ ਵਧੀਆ ਗੱਲ ਨਹੀਂ, ਉਹ ਵੀ ਬਦਾਮ ਦੇ ਦਿਓ ਜਾਂ 5 ਕਿਲੋ ਦੇ ਦਿਓ ਕੋਈ ਗੱਲ ਨਹੀਂ, ਜਿੰਨੀ ਸ਼ਹਿਰ ਦਾ 1 ਕਿਲੋ 5 ਕਿਲੋ ਦੇ ਦਿਓ ਜਾਨਵਰਾਂ ਬਹੁਤ ਸ਼ੀਤ ਦੇਣ, ਕਦਾ ਊਂ ਹਰਿਆ ਹੁੰਦਾ ਕਦਾ ਰੁਪਏ ਜਾ ਕੇ ਬੁੜੀਆਂ ਨਾਲ ਬੰਦਾ ਲੜਦਾ, ਕਿਉਂਕਿ ਬਹੁਤ ਚੰਗੀਆਂ ਚੰਗੀਆਂ ਬਾਜੀਆਂ ਜਿਹੜੀਆਂ ਹੋਣੀਆਂ ਨੇ ਉਹਨਾਂ ਦੇ ਪੋਸਟਰਾਂ ਦੇ ਉੱਪਰ ਪੜਿਆ ਗਿਆ ਇਹ ਲਿਖਿਆ ਹੋਇਆ ਵੀ ਜਿਹੜਾ ਸਭ ਤੋਂ ਪਹਿਲਾਂ ਬੈਠੂਗਾ ਉਹਨੂੰ ਸ਼ਰਾਬ ਦੀ ਬੋਤਲ ਦੇਵਾਂਗੇ। ਜਦੋਂ ਆਪਾਂ ਬਾਜੀ ਤੇ ਕਬੂਤਰ ਛੱਡਦੇ ਹਾਂ ਅਕਸਰ ਹੀ ਦੇਖਿਆ ਜਾਂਦਾ ਸਾਰੇ ਵੀਰ ਨੇ ਜਿਹੜੇ ਚੱਪਲਾਂ ਲਾ ਕੇ ਫੇਰ ਉਹ ਮੱਥਾ ਟੇਕ ਕੇ ਹੀ ਉਹ ਤੜਕ ਦਾ ਪੜਦੇ ਆ, ਕਦੇ ਕਿੱਥੇ ਮੱਥਾ ਟੇਕਦੇ ਆ ਕਿਤੇ ਕਿੱਥੇ ਟੇਕਦੇ ਆ, ਮਾੜੀ ਗੱਲ ਹੈ ਜੀ। ਦਾਰੂ ਵਾਲੀ ਤਾਂ ਵਧੀਆ ਨਹੀਂ ਹੈਗੀ, ਫਿਰ ਆਪਾਂ ਆਪਣੀ ਸੋਚ ਹੁੰਦੀ ਅਗਲੇ ਦੀ, ਉਹੀ ਬਦਾਮ ਦੇ ਦਿਓ ਕਿਸੇ ਕਬੂਤਰਾਂ ਪਊ ਸੀਸ ਦਊ, ਇਹ ਤਾਂ ਗੱਲ ਵਧੀਆ ਨਹੀਂ ਹੈਗੀ ਦਾਰੂ ਵਾਲੀ ਤਾਂ, ਫਿਰ ਅੱਡੋ ਅੱਡ ਆਪਦੀ ਸੋਚ ਹੁੰਦੀ ਆ ਕਿਸੇ ਕੋਈ, ਹਾਂਜੀ ਹਾਂ ਸੋਚ ਹੁੰਦੀ ਆ, ਹਾਂਜੀ ਹਾਂਜੀ। ਤੇ ਕਈ ਵਾਰੀ ਇਦਾਂ ਹੁੰਦਾ ਜਿਹੜੇ ਆਪਣੇ ਕਬੂਤਰਬਾਜ਼ੀ ਦੇ ਸੰਬੰਧ ਦੇ ਵਿੱਚ ਨਹੀਂ ਹੈਗੇ ਬੰਦੇ ਉਹ ਉਹਨਾਂ ਕੋਲੇ ਉਹ ਚੀਜ਼ ਪਹੁੰਚਦੀ ਆ ਬੁਰਾ ਲੱਗਦਾ, ਤਾਂ ਪਹਿਲਾਂ ਹੀ ਆਪਣੀ ਕਬੂਤਰਬਾਜ਼ੀ ਨੂੰ ਲੋਕ ਮਾੜਾ ਮੰਨਦੇ ਨੇ, ਪਰ ਮਾੜਾ ਹੈ ਨਹੀਂ ਇਹ ਸ਼ੌਂਕ, ਕਈ ਮੰਨਦੇ ਨੇ ਹਲੇ ਵੀ, ਪਰ ਉਹ ਜਦੋਂ ਉਹ ਚੀਜ਼ਾਂ ਦੇਖਦੇ ਨੇ ਉਦੋਂ ਉਹਨਾਂ ਤੇ ਹੋਰ ਉਹਦਾ ਅਸਰ ਪੈਂਦਾ ਇਹਨਾਂ ਗੱਲਾਂ ਦਾ। ਹਾਂਜੀ ਇਹ ਤਾਂ ਹੈ ਜੀ, ਨਾਲੇ ਇਹ ਬੰਦਾ ਜਿਹੜਾ ਕਬੂਤਰ ਰੱਖ ਲੈਣਾ ਤਾਂ ਲਾਂਭ ਜਾ ਸਕਦਾ, ਸਾਨੂੰ 1.5 ਮਹੀਨਾ ਹੋ ਗਿਆ ਜੀ ਰਾਏਕੋਟ ਨਹੀਂ ਗਏ, ਤੜਕੇ ਡਾ ਦੇਣਾ ਕਬੂਤਰ ਹੱਥ ਨਾਲ ਲਾਈ ਜਾਂਦੇ ਆ, ਫਿਰ ਹੱਥ ਨੇ ਜਾਣਾ ਉਹਨਾਂ ਨੇ ਹਨੇਰਾ ਹੋ ਜਾਂਦੇ ਬਾਜੀ ਤੇ ਜਾ ਵੜਦੇ ਆ, ਮੈਂ ਕਹਿੰਦਾ ਬੰਦਾ ਜਾ ਹੀ ਨਹੀਂ ਸਕਦਾ ਜੀ ਕਿਤੇ, ਅੱਜ ਹੁਣ ਅੱਜ ਕਬੂਤਰ ਡਾਏ ਨਹੀਂ ਅੱਜ ਤਾਂ ਇੱਥੇ ਬੈਠੇ, ਨਹੀਂ ਇੱਕ ਬੰਦਾ ਬਾਜੀ ਤੇ ਹੁੰਦਾ ਇੱਕ ਘਰੇ ਲਾਉਂਦਾ ਹੁੰਦਾ, ਜਾਨੂੰ ਬਾਜੀ ਲਵੇ ਲੱਗੀ ਹੁੰਦੇ ਜਾਨੂੰ ਫੋਨ ਦੇ, ਤੇ ਬਾਕੀ ਵੀ ਸਾਰੇ ਗਰੁੱਪ ਦੇ ਵੀਰ ਬੈਠੇ ਨੇ ਇਹਨਾਂ ਤੋਂ ਵੀ ਜਾਣ ਲੈਂਦੇ ਆ ਕਿ ਫਿਰ ਸਾਰਿਆਂ ਦੇ ਆਪੋ ਆਪਣੇ ਜਿਹੜੇ ਵਿਚਾਰ ਹੁੰਦੇ ਨੇ, ਜਿਹੜੇ ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਜਿਹੜਾ ਪੋਸਟਰਾਂ ਦੇ ਉੱਪਰ ਇਦਾਂ ਲਿਖਿਆ ਹੁੰਦਾ? ਵੀਰ ਜੀ ਗੱਲ ਤਾਂ ਇਹ ਆ ਨਾ ਵੀ ਕੋਈ ਵੀ ਆ ਹੁਣ ਆਪਾਂ ਦੇਖ ਲਾ ਸਵੇਰੇ ਮੱਥਾ ਦੇਖਦੇ ਹਾਂ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ, ਹੈ ਆਪੋ ਆਪਦੀ ਵੈਸੇ ਸੋਚ ਆ, ਪਰ ਇਹਨਾਂ ਦਾ ਨਾਮ ਸੁਣ ਲਓ ਤੇ ਜਿੱਥੇ ਨਹੀਂ ਉਹ ਤਾਂ ਬੋਤਲ ਦੇ ਰੇਟ ਦੀ ਹੁਣ 1 ਕਿਲੋ ਬਦਾਮ ਆ ਜਾਣਗੇ,
किलो बदम दे दो अगले हौसला तो होंगे अगला कहना चल भाई गाहू तकड़ा करके छड़ दी जो बह गया हार गया जो भी है चल है ना वो मतलब बाले का असर पैंता हूँ यदि वीरे की गल सही है हम दारू पीऊगा घर लड़ू कलेस पाऊगा वह गल बधूगी कह कलेस ही है तो दारू तो एक वैसे ही आम ही अपने कहावता भी है ना दारू जी कोई है कलेश का घर ही है घर पड़ती है ठीक है हूँ फर्ज कर लो किसी ज्ञानी बंद कबूतर आ उ आप बोतल हूँ फर्ज करो तो हार गया उन्होंने बोतल खिलाऊंगा चंगा लगूगा किन्नी जानी कि वो आ बाकी आप सोच है ना पर वैसे चाहिए नहीं है चीज़ें वो कोई होर दे दो कुछ बहुत चीज़ा ने खाने पीने वाली खाण पीने वाली चीज़ें ने वधिया ने डब्बा दे दो भाई मिठाई का डब्बा ही हूँ जिम्मे एक बाजी होनी है शायद हो गई होनी है पता नहीं मैं उत्ते कप रखे हुए नाम उन्होंने कहते उदे तो डिगन वाले कप देवे जिदा सब तो पहला बैठूगा उन्होंने कप देवे वो चीज़ वक्री बहुत वधिया देखा अगला जब कुछ भी आ अगला खुश होकर तो जाऊ है ना भी अगला कहता चल कोई ना भाई बह गया चल गलत हो जाए कबूतर कोई कोई बड़ी वीडी गल नहीं ये चीज़ों का गलत ही हो जाती है कोई पानी वो घट हो गया कुछ भी हो गया कोई नुकस बह गया कबूतर बह जाता है हम चल उन्होंने ए कप तो दिखूगा भाई हाँ भाई क्या कंच के बजाय बह गया जब कबूतर ਕਿਉਂਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਮਾਤੜ ਬੰਦੇ ਦਾ ਹੀ ਬੈਠਣਾ ਹੈ ਤਾਂ ਖੜਾਰੀਆਂ ਦੇ ਵੀ ਬਹਿ ਜਾਂਦੇ ਹੁੰਦੇ ਚੰਗੇ ਚੰਗੇ ਦੇ ਬਹਿ ਜਾਂਦੇ ਆ ਕੋਈ ਇਹ ਤਾਂ ਸਿਰਕਣ ਬਾਜੀ ਆ ਕਬੂਤਰ ਬਾਜੀ ਇਹ 'ਚ ਕੋਈ ਨਾ ਕੋਈ ਕਰ ਸਕਿਆ ਕੋਈ ਨਾ ਹੋਣਾ ਇਹ ਤਾਂ ਸ਼ੌਂਕ ਹੈ ਇੱਕ ਜਿਹੜਾ ਬੰਦਾ ਇਹ ਹੁਣ ਕਦੇ ਹਾਂ ਕੋਈ ਵੀ ਜਾਣੀ ਚੀਜ਼ ਨੂੰ ਲੈ ਕੇ ਆਪਾਂ ਮਨ ਨੂੰ ਜੇ ਕਰਾਂਗੇ ਫਿਰ ਕਬੂਤਰ ਬਾਜੀ ਜਾਂ ਕੁਝ ਵੀ ਕੰਮ ਫੇਰ ਨਹੀਂ ਹੁੰਦਾ ਸੋ ਆਪੋ ਆਪਣੇ ਵਿਚਾਰ ਨੇ ਆਪਾਂ ਹੋਰ ਵੀ ਖਿਡਾਰੀ ਵੀਰਾਂ ਨਾਲ ਇਸ ਵਿਸ਼ੇ 'ਤੇ ਗੱਲ ਕਰਾਂਗੇ ਅਤੇ ਉਹ ਵੀ ਆਪਣੇ ਵਿਚਾਰ ਨੇ ਜਿਹੜੇ ਇਸ ਦੇ ਉੱਪਰ ਦੇਣਗੇ ਅਤੇ ਬਾਈ ਜੀ ਜਾਂਦੇ ਜਾਂਦੇ ਹੁਣ ਜਿਵੇਂ 2022 ਸੀਜ਼ਨ ਦੀਆਂ ਬਾਜ਼ੀਆਂ ਚੱਲ ਰਹੀਆਂ ਨੇ ਕੋਈ ਮੈਸੇਜ ਆ ਜਿਹੜਾ ਖਿਡਾਰੀ ਵੀਰਾਂ ਨੂੰ ਜਾਂ ਜਿਹੜੇ ਬਾਜ਼ੀਆਂ ਕਰਵਾਉਂਦੇ ਨੇ ਵੀਰ ਉਹਨਾਂ ਨੂੰ ਹਾਂਜੀ ਹੁਣ ਜਿਵੇਂ ਆਹ ਕਲੱਬ ਦੀਆਂ ਬਾਜ਼ੀਆਂ ਹੋਈਆਂ ਨੇ ਇਹ ਪੂਰੀਆਂ ਵਧੀਆ ਹੋਈਆਂ ਨੇ ਐਂ ਨਹੀਂ ਹੈਗਾ ਵੀ ਕਿਸੇ ਨੂੰ ਆਪਾਂ ਭੱਜ ਭੇਜ ਆਇਆ ਕਬੂਤਰ ਛੱਡ ਕੇ ਘਰੇ ਵੀ ਜਾ ਵੜਦੇ ਆ ਜਿਹੜਾ ਫਿਰਦਾ ਉਹ ਹੈਗਾ ਹੀ ਆ ਬਾਈ ਨਹੀਂ ਵਿੱਚ 300 ਕਬੂਤਰ ਡਾ ਲੈਂਦੇ ਹੱਥਾਂ ਤੱਕ ਬਾਈ ਲੜੀ ਜਾਂਦੇ ਆ ਆਹ ਕਲੱਬ ਦੀਆਂ ਹੁਣ ਜਿਵੇਂ ਬੀਸ਼ਾ ਬਾਈ ਆ ਸੋਨੀ ਵਰ ਮੇਰੇ ਨਾਲ ਫੌਜੀ ਆ ਕਮਲ ਹੋ ਗਿਆ ਇਹ ਮਨਦੀਪ ਹੋ ਗਿਆ ਬਈ ਵਾਲੇ ਪੂਰੀਆਂ ਵਧੀਆ ਬਾਜ਼ੀਆਂ ਕਰਾਈਆਂ ਨੇ ਨਾ ਉਹ ਕਿਸੇ ਨੇ ਜਿਹਦਾ ਉਡੂਗਾ ਉਹਨੂੰ ਪੈਸੇ ਮਿਲਣ ਗਏ ਨਹੀਂ ਹੈਗਾ ਬੈਠਾ ਬੰਦਾ ਪੈਸੇ ਲੈ ਪੂਰਾ ਵਧੀਆ ਬਾਜ਼ੀਆਂ ਹੋਈਆਂ ਨੇ ਪੂਰੇ ਰੋਟੀ ਪਾਣੀ ਦਾ ਪੂਰਾ ਵਧੀਆ ਬਣੀ ਬਣਾਈ ਆਉਂਦੀ ਆ ਆਉਣ ਵਾਲੀਆਂ ਬਸ ਅੱਧੇ ਘੰਟੇ ਨੂੰ ਖਾ ਕੇ ਬੰਦਾ ਆਪਦਾ ਕੰਮ ਵੀ ਕਰ ਸਕਦਾ ਘਰੇ ਵੀ ਜਾ ਸਕਦਾ ਹਾਂ ਬਾਈ ਪੂਰੀਆਂ ਵਧੀਆ ਬਾਜ਼ੀਆਂ ਹੋਈਆਂ ਨੇ ਇਹੋ ਜਿਹੀਆਂ ਬਾਜ਼ੀਆਂ ਹੋਣੀਆਂ ਚਾਹੀਦੀਆਂ ਨੇ ਵਿੱਚ ਬਾਜ਼ੀਆਂ ਨੇ ਦੇਖਿਆ 100 ਉੜਦਾ ਉੱਥੇ ਸ਼ਾਮ ਨੂੰ ਪਤਾ ਕਿ ਇਹਨਾਂ 70 ਸੀਗੇ ਜੀ 30 ਕਬੂਤਰਾਂ ਦੇ ਪੈਸੇ ਖਾ ਜਾਂਦੇ ਨੇ ਕਹਿੰਦਾ ਮਤਲਬ ਇਹ ਚੀਜ਼ਾਂ ਤੋਂ ਬਹੁਤ ਵਧੀਆ ਚੀਜ਼ ਹੈ ਕਲੱਬ ਵਾਲੀਆਂ ਬਾਜ਼ੀਆਂ ਸਾਡੇ ਜਾਣੀ ਕਿ ਏਰੀਏ 'ਚ ਅਸੀਂ ਘਰੇ ਸਾਡੇ ਕਬੂਤਰ ਛੱਡੀਦਾ ਘਰੇ ਚਲੇ ਜਾਈਦਾ ਰੋਟੀ ਪਾਣੀ ਖਾਈਦਾ ਆਪਦਾ ਜੋ ਵੀ ਆ ਘਰੇ ਕਬੂਤਰ ਲਾ ਕੇ ਵੀ ਅਸੀਂ ਬਦਾਮ ਪਾ ਕੇ ਵੀ ਆ ਜਾਂਦੇ ਹਾਂ ਬਾਜੀ ਅਤੇ ਜੇ ਫਿਰਦਾ ਤਾਂ ਠੀਕ ਆ ਨਹੀਂ ਹੈਗਾ ਤਾਂ ਰਿਕਾਰਡਿੰਗ ਆ ਜਾਂਦੀ ਇਸੇ ਗੱਲਾਂ ਕਰਕੇ ਜਿਵੇਂ ਕਹਿੰਦੇ ਆ ਹੁਣ ਸਾਰੇ ਨੇ ਕਲੱਬਾਂ ਵੱਲ ਨੂੰ ਭੱਜਦੇ ਨੇ ਵੀ ਕਲੱਬਾਂ ਦੀਆਂ ਬਾਜ਼ੀਆਂ ਵਧੀਆ ਹੁੰਦੀਆਂ ਨੇ ਹੁਣ ਜਿਵੇਂ ਇਸ ਸੀਜ਼ਨ ਦੇ ਵਿੱਚ ਵੀ 2-3 ਬਾਜ਼ੀਆਂ ਇਹੋ ਜਿਹੀਆਂ ਹੋਈਆਂ ਨੇ ਜਿਨ੍ਹਾਂ ਦਾ ਚਲੋ ਹੁਣ ਆਪਾਂ ਜ਼ਿਕਰ ਕੀ ਕਰਨਾ ਉਹਨਾਂ ਦਾ ਵੀਡੀਓ ਸਾਰਿਆਂ ਨੇ ਦੇਖੀਆਂ ਨੇ ਉਹਨਾਂ ਦੀਆਂ ਹਾਂਜੀ ਅਤੇ ਇੱਦਾਂ ਨਹੀਂ ਹੋਣਾ ਚਾਹੀਦਾ ਬਾਜ਼ੀਆਂ ਇਨਸਾਫ ਦੀਆਂ ਹੋਣੀਆਂ ਚਾਹੀਦੀਆਂ ਨੇ ਇਸ ਕਲੱਬ ਤੋਂ ਆ ਜਿਹੜੀ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਬਹੁਤ ਹਾਂਜੀ ਬਹੁਤ ਚੰਗੀਆਂ ਬਾਜ਼ੀਆਂ ਹੋਈਆਂ ਨੇ ਆਹ ਕਲੱਬ ਦੀਆਂ ਸਾਰੇ ਕਲੱਬ ਇੱਕ ਕੁੱਪ ਵਾਲਾ ਕਲੱਬ ਬਹੁਤ ਹੀ ਪੂਰੀਆਂ ਵਧੀਆ ਬਾਜ਼ੀਆਂ ਹੁੰਦੀਆਂ ਨੇ ਪੂਰੇ ਉਹ ਇਦੋਂ ਭੈੜੀਆਂ ਨੇ ਕਿਉਂਕਿ ਨਾਮ ਵਾਲੇ ਸੀ ਉਹ ਕਲੱਬ ਹਾਂ ਕੁੱਪ ਵਾਲੇ ਦੇ ਕਲੱਬ ਇੱਕ ਨੰਬਰ ਆ ਪੰਜਾਬ ਤੋਂ ਦੋਨੇ ਚੱਲਦੇ ਕੁੱਪ ਵਾਲੀ ਥੋੜ੍ਹੀ ਬਾਜ਼ੀ ਲੇਟ ਜਾਂਦੀ ਉਹ ਪਲੇਅਰ ਵਾਲੇ ਵਧੀਆ ਨੇ ਉਹ ਨਾਮ ਵੀ ਵਧੀਆ ਚੱਲਦਾ ਇਹਦੇ ਨਾਮ ਨਹੀਂ ਹੈਗੇ ਗਾਹਾਂ ਨੂੰ ਇਦੋਂ ਵਧੀਆ ਕਰਾਂਗੇ ਉਹਦੇ ਟੋਟਲੀ ਬਾਜ਼ੀਆਂ ਦੇ 14 ਬਾਜ਼ੀਆਂ ਨੇ ਉਹ ਹਾਂਜੀ ਮੈਰੀ ਉਹ ਲੁਧਿਆਣੇ ਦੇ ਨਾਂ 'ਤੇ ਸੀਗੀ ਆਪਣੀ ਜਾਣੀ ਕਿ ਐਂਟਰੀ ਉਹ ਅਤੇ ਮੈਂ ਛੱਡੀਆਂ 3-4 ਬਾਜ਼ੀਆਂ ਨੇ ਪੂਰਾ ਸਿਰ ਹੀ ਆ ਕੰਮ ਉਹਨਾਂ ਦਾ ਜਾਣੀ ਕਿ ਕਹਿੰਦਾ ਮਤਲਬ ਮੈਂ ਨਹੀਂ ਦੇਖਿਆ ਵੀ ਕੋਈ ਹਰੇਕ ਬਾਜ਼ੀ ਜੇ 1200 ਵਾਲੀ ਤੋਂ ਲੈ ਕੇ 2000 ਵਾਲੀ ਤੱਕ ਹਰੇਕ ਜਿਹਾ ਨਾਮ ਹੋ ਉਹਨਾਂ ਦੇ ਪਹਿਲੇ ਦੂਜੇ ਤੀਜੇ ਹਿਸਾਬ ਨਾਲ ਹਰੇਕ ਜਿਹਾ ਰੱਖੇ ਨੇ ਇਸ ਕਲੱਬ ਦੇ ਵਿੱਚ ਕਿੰਨੇ ਤੋਂ ਕਿੰਨੇ ਤੱਕ ਐਂਟਰੀ ਹੈ ਜਿਹੜੀ ਇਹਦੇ ਜੀ 200 ਬੜੇ ਰੋਟੀ ਦਾ ਪਹਿਲਾਂ ਹੁਣ 1500 ਦੀ ਜਿੱਤ ਜਾਂਦੇ ਰੋਟੀ ਦਾ ਘੱਟੋ ਘੱਟ 20-25 ਹਜ਼ਾਰ ਰੁਪਇਆ ਖਰਚਾ ਜਾਂਦਾ ਇੱਕ ਵਜੇ ਦਾ ਇੰਨਾ ਆ ਜਾਂਦਾ ਯਾਰ ਫਾਇਦਾ ਜੀ ਜਿਸ ਤਰ੍ਹਾਂ ਸੈੱਟਾ ਛੱਡ ਲੈਗਾ ਨੀ 200 ਗਿਆ ਰੋਟੀ ਤੋਂ ਵੀ ਗੱਲ ਯਾਦ ਆਈ ਵੀਰੇ ਜਿਵੇਂ ਹੁਣ ਇਹ ਵੀ ਰੋਟੀ ਦਾ ਵੀ ਕਾਫੀ ਚੱਲਦਾ ਕਹਿੰਦੇ ਹੁਣ ਰੋਟੀ ਦੇ ਪੈਸੇ ਆ ਉਹ ਘਟਾਉਣੇ ਚਾਹੀਦੇ ਆ ਪਰ ਇਹਦਾ ਜੇ ਦੂਜਾ ਪਹਿਲੂ ਦੇਖਦੇ ਆ ਕਹਿੰਦੇ ਆ ਵੀਰੇ ਕਬੂਤਰ ਬਾਜ਼ੀ ਇੱਕ ਕਬੂਤਰ ਦੇ ਨਾਲ 2 ਬੰਦਿਆਂ ਦਾ ਕਿਹਾ ਹੁੰਦਾ ਪਰ ਆ 4-4 ਜਾਂਦੇ ਆ ਨਹੀਂ 200 ਤਾਂ ਜਾਇਜ਼ ਆ ਜੀ ਹੁਣ ਵਿੱਚ ਨਹੀਂ ਛੱਡੇ ਉਹ ਵੀ ਚਲੋ ਕੋਈ ਗੱਲ ਨਹੀਂ ਉਹਦਾ ਲਾ ਲਓ ਵੀ ਆਪਾਂ ਲੰਗਰ ਹੀ ਲਾ ਲਿਆ ਕੋਈ ਉਹ ਵਧੀਆ ਗੱਲ ਹੈ 200 ਨਾਲ ਕੁਛ ਨਾ ਆਪਾਂ ਹੁਣ ਅੱਜ ਆਇਆ ਜੀ ਛੱਡਿਆ 6-4 ਕਬੂਤਰ ਅੱਡਿਆ ਅਤੇ ਸਾਨੂੰ ਕੀ ਹੋ ਜੀ 1000 ਰੁਪਈਏ ਨਾ 800 ਲਾ ਲਓ ਜੀ ਐਂ 200 ਨਾਲ ਕੋਈ ਗੱਲ ਨਹੀਂ ਵਧੀਆ ਨਾਲੇ ਟਾਈਮ ਨਾਲ ਬੰਦਾ ਰੋਟੀ ਖਾ ਲੈਂਦਾ ਜੀ ਪਹਿਲਾਂ ਜੇ ਹੁਣ ਆਪਾਂ ਇਹ ਪਿੰਡ ਵਾਲੇ ਬਣਾਉਣਗੇ ਪਹਿਲਾਂ ਭਾਂਡੇ 2 ਘੰਟੇ ਦਾ ਇਕੱਠੇ ਕਰਨ ਲੱਗ ਜਾਂਦੇ ਆ ਹੁਣ ਬਣਾਈ ਬਣਾਈ ਆਉਣੀ ਪੱਖੋ ਵਾਲਾ
हलवाई है निका इतने उन्हें लिया गया सू खवा देने रोटी ना कोई टेंशन उन्होंने जी निका भी पखवाल तो ही उन्हें सारे हाँ जी हाँ जी हाँ जी उन्हें लिया के रोटी खवा के मुड़े साढ़े नौ दस रोटी खवा देनी है नहीं रोटी एक बजे कर बंदा भुखे होंगे तड़के तीन बजे लांघा हो जाती बंद बहुत वधिया गल्लां ने भाई ने कीतियां कमेंट करके जरूर दस्यो तो होर भी आप जल्दी वीर मिलेंगे मुलाकात करांगे क्योंकि उदा तो टाइम हुण लगना नहीं बाजियां ते भी आप मिलिया करांगे तो आस करते हैं अज्ज गल्लबात जी थोड़ा वधिया लगी होनी है तो जिहड़े भाई ने मैसेज दिता वो भी तुसीं सुणिया वधिया लग्या होना कमेंट करके जरूर दस्यो भाई जी बहुत बहुत धन्यवाद।